नाम कर्ता पुरख, निर्भो निर्वैर, अकाल मूरत अजूनी, सैभं गुर प्रसाद। आसा महला पहला, वार श्लोका नाल श्लोक भी महले पहले के लिखे, टुंडे असराज्य की तुनी। श्लोक महला पहला, बलिहारी गुरे अपने, द्यो हरी सदवार, जिन मानुष ते देवते किए, करत न लागी वार। महला दूजा, जे सौ चंदा उगमे, सूरज चढ़े हजार, एते चानण होंदिया गुर बिन कोहर अंधार। महला पहला, नानक गुरु ना चेतनी, मन अपने सुचेत, छुटे तिल बुवाड़ ज्यों, सुन्ने अंदर खेत, खेते अंदर छुट्टियाँ, कौ नानक सौ ना, फलियें फूलियें बपड़े, पी तन विच सुआ, पौड़ी आपी ने आप साजेओ, आपी ने रचियो नाओ, दोए कुदरत साजिए, कर आसन डिठो चाहो। दाता करता आप तू, तुस देवें करें पसाओ, तू जानोई सब सै, दे लैसें जिंद गवाओ। कर आसन डिठो चाहो। वाहिगुरु जी का खालसा, वाहिगुरु जी की फतेह। गुरु सवारी सात संगत जीओ, गुरु पातशाह दी कृपा दा सदका। श्री गुरु ग्रंथ साहिब जी दी पवित्र बाणी दी लड़ीवार व्याख्या करद्या करद्या, हुण ओह बाणी जिस नूं आसा की वार कहा जांदा, जिस बाणी दा कीर्तन हर गुरु घर विच करन दी मर्यादा है। भावें अज पंथ दे अंदर उतना उत्साह, उतना चाह आसा की वार दे कीर्तन करन संबंधी घटिया है, जितना पहला बड़ी श्रद्धा ते भावना नाल हर गुरु घर विच अते हर गुरसिख दे घर विच कोई भी कार्य होंदा, पहले आसा की वार दा कीर्तन कीता जाता। तो इसकी आरंभता दे संबंध विच एक साखी, जो टुंडे असराजे की धुनी दे संबंध विच सी, वो कल आप जी नू सुनाई गई। पर इसकी विचार शुरू करन तो पहला मंगलाचरण जो मूल मंत्र दे रूप विच है, उसके अखरी अर्थ कीते गए हैं, एक बारी फिर दोबारा कर दें। परमात्मा एक है, सर्वशक्तिवान है, सर्वव्यापक है, उसका नाम सदा सत्य है, तथा वो सदा सत्य है ते नाम रूप है, कर्ता पुरख है, सारे संसार दे करन वाला, रचनहारा, क्रिएटर है, पर अपनी रचना दे विच विराजमान है, सब तो बड़ा है, निरपाव है, उनु किसे दा डर नहीं, निर्वैर, उसका किसे नाल वैर भी नहीं, अकाल मूरत, ओदी हस्ती, ओदा व्यक्तित्व काल दी पकड़ तो रहता, अजूनी ओ जूनिया विच नहीं आता, सैभंग सुते प्रकाश,
ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਅੱਗੇ ਹੈ ਆਸਾ ਮਹਿਲਾ ਪਹਿਲਾ। ਰਾਗ ਦਾ ਨਾਮ ਆਸਾ ਹੈ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ। ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਵਾਰ ਇੱਕ ਕਵਿਤਾ ਦਾ ਰੂਪ ਹੈ। ਪਹਿਲਾਂ ਆਮ ਤੌਰ 'ਤੇ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ ਜੋ ਪੌੜੀਆਂ ਉੱਤੇ ਆਧਾਰਿਤ ਸਨ। ਹੈ ਵੀ ਪੌੜੀਆਂ 'ਤੇ ਆਧਾਰਿਤ, ਪਰ ਇਸ ਦੇ ਨਾਲ ਜੋ ਸਲੋਕ ਹਨ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਹਨ। ਇਸ ਦਾ ਸਿਰਲੇਖ ਹੈ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਟੁੰਡੇ ਅਸਰਾਜੇ ਕੀ ਧੁਨੀ, ਇਹਦੀਆਂ ਪੌੜੀਆਂ ਨੂੰ ਉਸ ਧੁਨੀ 'ਤੇ ਉਚਾਰਨ ਦੀ ਸੇਧ ਦਿੱਤੀ ਹੈ ਜਿਹੜੀ ਟੁੰਡੇ ਅਸਰਾਜ ਦੀ ਸੋਭਾ ਵਿੱਚ ਲਿਖੀ ਹੋਈ ਵਾਰ ਦੀਆਂ ਪੌੜੀਆਂ ਹਨ। ਇਸ ਤੋਂ ਅੱਗੇ ਇਸ ਦੇ ਅਰਥ ਆਰੰਭ ਹੁੰਦੇ ਹਨ। ਸਲੋਕ ਮਹਿਲਾ ਪਹਿਲਾ, ਪਹਿਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸਲੋਕ। ਸਲੋਕ ਇੱਕ ਕਵਿਤਾ ਦਾ ਰੂਪ ਹੈ। ਕਈ ਲੋਕ ਪੁੱਛਦੇ ਨੇ ਸਲੋਕ ਦਾ ਅਰਥ ਕੀ ਹੈ। ਬਈ ਇਹ ਇੱਕ ਕਵਿਤਾ ਦਾ ਰੂਪ ਹੈ। ਸਲੋਕ, ਪੌੜੀ ਇਤਿਹਾਸਕ ਕਵਿਤਾ ਦੇ ਬੇਅੰਤ ਰੂਪ ਹਨ। ਮਹਿਲਾ ਪਹਿਲਾ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੇ ਸਰੂਪ ਵਿੱਚ ਉਚਾਰਨ ਕਰਦੇ ਹਨ। ਬੱਲੇਹਾਰੀ ਗੁਰੇ ਆਪਣੇ ਦਿਓਹਾਰੀ ਸਦਵਾਰ। ਬੱਲੇਹਾਰੀ ਦਾ ਮਤਲਬ ਹੈ ਵਾਰਨੇ ਜਾਣਾ, ਕੁਰਬਾਨ ਜਾਣਾ, ਆਪਣੇ ਗੁਰੂ ਤੋਂ ਆਪਾਂ ਨਿਛਾਵਰ ਕਰਨਾ। ਕਿਤਨੀ ਵਾਰੀ ਕਰਨਾ? ਦਿਓਹਾਰੀ ਸਦਵਾਰ। ਦਿਓਹਾਰੀ ਦਾ ਮਤਲਬ ਦਿਨ ਵਿੱਚ 100 ਵਾਰੀ। ਇਹ ਗੁਰੂ ਪ੍ਰਤੀ ਸ਼ਰਧਾ ਹੈ, ਇਹ ਗੁਰੂ ਪ੍ਰਤੀ ਭਾਵਨਾ ਹੈ। ਕਿਉਂ ਹੈ ਇਸ ਦਾ ਵੀ ਕਾਰਨ ਦੱਸਿਆ। ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਜਿਹਦੇ ਨੰਨੇ ਨੂੰ ਸਿਆਰੀ ਹੈ, ਜਿਸ ਗੁਰੂ ਨੇ ਆਪਣਾ ਉਪਦੇਸ਼ ਦੇ ਕੇ, ਆਪਣੀ ਸਿੱਖਿਆ ਦੇ ਕੇ, ਆਪਣੇ ਸੇਵਕਾਂ ਨੂੰ ਜੀਵਨ ਜਾਚ ਸਿਖਾ ਕੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਦੇਵਤੇ ਤੋਂ ਮਤਲਬ ਹੈ ਨੇਕ ਇਨਸਾਨ। ਆਮ ਤੌਰ 'ਤੇ ਅਸੀਂ ਆਪਣੀ ਗੱਲਬਾਤ ਵਿੱਚ ਵੀ ਮਨੁੱਖਾਂ ਲਈ ਦੋ ਕੈਟਾਗਰੀਆਂ ਵਰਣਨ ਕਰਦੇ ਹਾਂ। ਮਨੁੱਖ ਤਾਂ ਸਾਰੇ ਹੀ ਮਨੁੱਖ ਨੇ, ਪਰ ਜਿਹੜੇ ਮਨੁੱਖ ਮਨੁੱਖੀ ਜਾਮੇ ਵਿੱਚ ਨੇਕ ਕੰਮ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਪਰਉਪਕਾਰੀ ਹੁੰਦੇ ਨੇ, ਉਹਨਾਂ ਨੂੰ ਅਸੀਂ ਸਹਿਜੇ ਹੀ ਦੇਵਤੇ ਕਹਿ ਦਿੰਦੇ। ਔਰ ਜਿਹੜੇ ਮਨੁੱਖ ਮਨੁੱਖਤਾ ਤੋਂ ਗਿਰੇ ਹੋਏ ਕੰਮ ਕਰਦੇ ਨੇ, ਉਹਨਾਂ ਲਈ ਅਸੀਂ ਰਾਕਸ਼ਸ ਵੀ ਕਹਿ ਦਿੰਦੇ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਸੁਣ ਮੰਨ ਕੇ ਜਿਹੜੇ ਅਮਲ ਵਿੱਚ ਲਿਆਉਂਦੇ ਨੇ, ਉਹ ਸੱਚਮੁੱਚ ਨੇਕ ਇਨਸਾਨ ਬਣ ਜਾਂਦੇ ਨੇ। ਔਰ ਗੁਰੂ ਨੂੰ ਇਹ ਕਾਰਜ ਕਰਦਿਆਂ ਕੋਈ ਦੇਰ ਨਹੀਂ ਲੱਗਦੀ, ਸਿਰਫ ਕਸਰ ਸਾਡੇ ਵੱਲੋਂ ਹੀ ਹੈ। ਜਿਵੇਂ ਬੁੱਲੇ ਸ਼ਾਹ ਨੇ ਕਿਹਾ, ਬੁੱਲਿਆ ਰੱਬ ਦਾ ਕੀ ਪਾਵਣਾ, ਇੱਧਰੋਂ ਪਟਣਾ ਅਤੇ ਇੱਧਰ ਲਾਵਣਾ। ਜਿਹੜੀਆਂ ਆਦਤਾਂ ਅਸੀਂ ਪਹਿਲਾਂ ਅਪਣਾ ਚੁੱਕੇ ਹਾਂ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨ ਕੇ, ਉਹਨਾਂ ਮੰਦੀਆਂ ਆਦਤਾਂ ਨੂੰ ਛੱਡ ਕੇ ਨੇਕੀ ਦੇ ਰਾਹ 'ਤੇ ਤੁਰਨਾ, ਇਹ ਦੇਵਤਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਬੱਲੇਹਾਰੀ ਗੁਰੇ ਆਪਣੇ ਦਿਓਹਾਰੀ ਸਦਵਾਰ। ਸਦ ਦਾ ਮਤਲਬ ਹੈ 100 ਵਾਰੀ, ਭਾਵ ਅਨੇਕ ਵਾਰੀ ਗੁਰੂ ਤੋਂ ਬਲਿਹਾਰ ਜਾਂਦਾ। ਜਿਨ ਮਾਨਸ ਤੇ ਦੇਵਤੇ ਕੀ ਹੈ, ਜਿਸ ਗੁਰੂ ਨੇ ਆਪਣਾ ਉਪਦੇਸ਼ ਦੇ ਕੇ ਸਾਨੂੰ ਮਨੁੱਖਾਂ ਨੂੰ ਦੇਵਤੇ ਬਣਾ ਦਿੱਤਾ। ਸੱਚਮੁੱਚ ਜਿਹੜੇ ਗੁਰੂ ਦੇ ਸਿੱਖ ਦਸਾਂ ਨੌਵਾਂ ਦੀ ਕਿਰਤ ਕਰਦੇ ਨੇ,
ਨਾਮ ਜਪਦੇ ਨੇ, ਵੰਡ ਛਕਦੇ ਨੇ, ਪਰਉਪਕਾਰ ਕਰਦੇ ਨੇ, ਉਹਨੂੰ ਦੇਵਤੇ ਹੀ ਹਨ। ਅਤੇ ਇਹ ਕਾਰਜ ਕਰਦਿਆਂ ਗੁਰੂ ਨੂੰ ਦੇਰ ਨਹੀਂ ਲੱਗਦੀ, ਗੁਰੂ ਨੇ ਤਾਂ ਉਪਦੇਸ਼ ਦੇਣਾ। ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲੈਂਦੇ ਨੇ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ। ਮਹਿਲਾ ਦੂਜਾ ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੈ ਹਜ਼ਾਰ। ਹੁਣ ਇਸੇ ਹੀ ਸਲੋਕ ਨਾਲ ਸੰਬੰਧਿਤ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸਲੋਕ ਵੀ ਇੱਥੇ ਅੰਕਿਤ ਹੈ, ਦਰਜ ਹੈ, ਜਿਸ ਵਿੱਚ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ ਜੇ ਸੌ ਚੰਦਾ ਉਗਵੇਂ। ਸੌ ਗਿਣਤੀ ਦਾ ਸ਼ਬਦ ਹੈ। ਜੇ ਆਖਿਆ ਸੌ ਚੰਦਰਮਾ ਪ੍ਰਕਾਸ਼ ਕਰਨ, ਉਗਵੇਂ ਚੜ੍ਹ ਜਾਣ, ਔਰ ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਚੜ੍ਹ ਜਾਣ, ਇੱਕ ਸਮਝਾਉਣ ਦਾ ਤਰੀਕਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਇੱਕ ਚੰਦਰਮਾ ਚੜ੍ਹਦਾ, ਦਿਨ ਵਰਗਾ ਪ੍ਰਕਾਸ਼ ਹੋ ਜਾਂਦਾ। ਹਰ ਚੀਜ਼ ਧਰਤੀ 'ਤੇ ਡਿੱਗੀ ਅਸੀਂ ਲੱਭ ਸਕਦੇ ਹਾਂ ਉਸ ਰੋਸ਼ਨੀ ਵਿੱਚ। ਇਸੇ ਤਰ੍ਹਾਂ ਇੱਕ ਸੂਰਜ ਚੜ੍ਹਦਾ ਕਿੰਨਾ ਪ੍ਰਕਾਸ਼ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਨੇ ਜੇ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਕਿਤਨੀ ਰੋਸ਼ਨੀ ਹੋ ਜਾਏਗੀ, ਕਿਤਨਾ ਪ੍ਰਕਾਸ਼ ਹੋ ਜਾਏਗਾ। ਪਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹਨਾਂ ਪ੍ਰਕਾਸ਼ ਹੋਣ ਦੇ ਬਾਵਜੂਦ ਉਹ ਅੰਧੇਰਾ, ਜਿਸ ਨੂੰ ਅਗਿਆਨਤਾ ਦਾ ਅੰਧੇਰਾ ਕਿਹਾ ਜਾਂਦਾ, ਜਿਹੜਾ ਗੁਰੂ ਦੇ ਉਪਦੇਸ਼ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ, ਇਹ ਜਿਹੜਾ ਚੰਦਰਮਾ ਦਾ ਚਾਨਣ ਹੈ, ਇਹ ਜਿਹੜੀ ਸੂਰਜ ਦੀ ਰੋਸ਼ਨੀ ਪ੍ਰਕਾਸ਼ ਹੈ, ਇਹ ਉਸ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਦੇ ਸਮਰੱਥ ਨਹੀਂ ਹੈ। ਭਾਵ ਉਸ ਅਗਿਆਨਤਾ ਦੇ ਅੰਧੇਰੇ ਨੂੰ ਗੁਰੂ ਦੇ ਉਪਦੇਸ਼ ਤੋਂ ਬਿਨਾਂ ਦੂਰ ਨਹੀਂ ਕੀਤਾ ਜਾ ਸਕਦਾ। ਗੁਰੂ ਅੰਗਦ ਦੇਵ ਜੀ ਦਾ ਇਹ ਸਲੋਕ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ, ਭਾਈ ਉਹ ਜਿਹੜਾ ਅੰਦਰਲਾ ਅਗਿਆਨਤਾ ਦਾ ਅੰਧੇਰਾ ਹੈ, ਉਹ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਦੇ ਵੀ ਦੂਰ ਨਹੀਂ ਹੋ ਸਕਦਾ। ਭਾਵੇਂ ਕਿਤਨੇ ਚੰਦਰਮਾ ਚੜ੍ਹ ਜਾਣ, ਭਾਵੇਂ ਕਿਤਨੇ ਸੂਰਜਾਂ ਦਾ ਪ੍ਰਕਾਸ਼ ਹੋ ਜਾਏ, ਉਸ ਅਗਿਆਨਤਾ ਦੇ ਅੰਧੇਰੇ ਨੂੰ ਗੁਰੂ ਦਾ ਉਪਦੇਸ਼ ਹੀ ਦੂਰ ਕਰ ਸਕਦਾ। ਅਗਲੇ ਸਲੋਕ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ। ਇੱਕ ਗੱਲ ਧਿਆਨ ਕਰਨਾ, ਭਾਵੇਂ ਹੁਣ ਤੀਕਰ ਕਈ ਵਾਰ ਇਹ ਦੱਸਿਆ ਜਾ ਚੁੱਕਾ ਹੈ ਕਿ ਨਾਨਕ ਅੱਖਰ ਬਾਣੀ ਵਿੱਚ ਬਹੁਤ ਵਾਰੀ ਆਉਂਦਾ, ਪਰ ਕਿਧਰੇ ਨਾਨਕ ਦਾ ਕੱਕਾ ਮੁਕਤਾ ਹੈ, ਕਿਧਰੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਕਿਧਰੇ ਨਾਨਕ ਦੇ ਕੱਕੇ ਨੂੰ ਸਿਹਾਰੀ ਹੈ। ਤੋ ਇਹ ਜਿਹੜੀਆਂ ਸਿਹਾਰੀਆਂ ਬਿਹਾਰੀਆਂ ਅਤੇ ਲਗਾਂ ਮਾਤਰਾ ਨੇ, ਇਹ ਵੀ ਨਾਲ ਨਾਲ ਸਾਨੂੰ ਸਮਝ ਆਉਣੀਆਂ ਚਾਹੀਦੀਆਂ। ਜਿੱਥੇ ਨਾਨਕ ਕੱਕਾ ਮੁਕਤਾ ਹੈ, ਇਹ ਕਵੀ ਦੀ ਮੋਹਰ ਛਾਪ ਹੈ। ਭਾਵੇਂ ਬਾਣੀ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਪਰ ਮੋਹਰ ਨਾਨਕ ਦੀ ਆਵੇ, ਕਿਉਂਕਿ ਸਿਧਾਂਤ ਇਹ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਤੋ ਜਿੱਥੇ ਨਾਨਕ ਪਦ ਆਏਗਾ, ਕੱਕਾ ਮੁਕਤਾ ਹੋਏਗਾ, ਉਸ ਨੂੰ ਅਗਲੇ ਅੱਖਰ ਨਾਲੋਂ ਤੋੜ ਕੇ ਪੜ੍ਹਨਾ, ਭਾਵ ਥੋੜ੍ਹਾ ਜਿਹਾ ਜੰਬੁਕ ਦੇਣਾ। ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏਗਾ, ਉਹ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ। ਜਿੱਥੇ ਨਾਨਕ ਦੇ ਕੱਕੇ ਨੂੰ ਸਿਹਾਰੀ ਆਏਗੀ, ਉੱਥੇ ਵੀ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ। ਔਰ ਜਿੱਥੇ ਨਾਨਕ ਦਾ ਕੱਕਾ ਮੁਕਤਾ ਵੀ ਹੋਏਗਾ, ਪਰ ਨਾਲ ਕਾ ਕੇ ਕੀ ਕਹੋ ਕਹਿ ਆ ਜਾਏਗਾ, ਉਹ ਸੰਬੰਧ ਕੀ ਉੱਥੇ ਨਹੀਂ ਰੁਕਣਾ। ਹੁਣ ਇਹਦਾ ਪਾਠ ਕਰਦੇ ਹਾਂ,
ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਇਹਨੂੰ ਨਾਨਕ ਗੁਰੂ ਇਕੱਠਾ ਨਹੀਂ ਕਰਨਾ, ਇਹਦੇ ਅਰਥ ਹੋਣਗੇ ਨਾਨਕ ਜੀ ਫਰਮਾਉਂਦੇ ਹਨ ਜਿਹੜੇ ਬੰਦੇ ਗੁਰੂ ਨੂੰ ਯਾਦ ਨਹੀਂ ਕਰਦੇ, ਗੁਰੂ ਦੀ ਸੰਗਤ ਨਹੀਂ ਕਰਦੇ, ਭਾਵ ਗੁਰੂ ਦੇ ਉਪਦੇਸ਼ ਨੂੰ ਸੁਣਨਾ ਨਹੀਂ ਠੀਕ ਸਮਝਦੇ, ਅਤੇ ਇਸ ਹਉਮੈ ਵਿੱਚ ਹੁੰਦੇ ਹਨ। ਮਨ ਆਪਣੇ ਸੁਚੇਤ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਆਪਣੇ ਮਨ ਵਿੱਚ ਬੜੇ ਸੁਚੇਤ, ਬੜੇ ਆਪਣੇ ਆਪ ਨੂੰ ਸਿਆਣੇ ਸਮਝਦੇ। ਅਸੀਂ ਸਭ ਕੁਝ ਜਾਣਦੇ ਹਾਂ, ਸਾਨੂੰ ਸਭ ਕੁਝ ਪਹਿਲਾਂ ਹੀ ਪਤਾ ਹੈ, ਪਰ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਹਾਲਤ ਕੀ ਹੈ। ਛੁੱਟੇ ਤਿਲ ਬੁਵਾੜ ਜਿਉਂ ਸੁਨੇ ਅੰਦਰ ਖੇਤ। ਹੁਣ ਜਿਹੜਾ ਬੁਵਾੜ ਤਿਲ ਹੈ, ਕਈਆਂ ਨੇ ਤਾਂ ਇਸ ਦੇ ਅਰਥ ਕੀਤੇ ਨੇ ਤਿਲਾਂ ਤੋਂ ਬਿਨਾਂ ਖਾਲੀ ਬੂਟੇ। ਕਹਿਣ ਦਾ ਮਤਲਬ ਉਹ ਮਨੁੱਖ ਜਿਹੜੇ ਆਪਣੇ ਆਪ ਵਿੱਚ ਬੜੇ ਚਤੁਰ ਅਤੇ ਪ੍ਰਵੀਨ ਬਣਦੇ ਨੇ। ਛੁੱਟੇ ਤਿਲ ਬੁਵਾੜ ਜਿਉਂ, ਜਦੋਂ ਜ਼ਿਮੀਂਦਾਰ ਤਿਲਾਂ ਦੇ ਬੂਟਿਆਂ ਨੂੰ ਵੱਢਣ ਲੱਗਦਾ, ਉਹ ਖੜਕਾ ਕੇ ਦੇਖ ਲੈਂਦਾ, ਤਥਾ ਉਹਦਾ ਤਜਰਬਾ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜੇ ਬੂਟੇ ਹਨ ਇਹਨਾਂ ਵਿੱਚ ਤਿਲ ਨਹੀਂ ਹੈਗੇ। ਉਹ ਉਹਨਾਂ ਨੂੰ ਵੱਢਣ ਦੀ, ਚੁੱਕਣ ਦੀ ਖੇਚਲ ਹੀ ਨਹੀਂ ਕਰਦਾ, ਉਹ ਉਹਨਾਂ ਨੂੰ ਖੇਤ ਵਿੱਚ ਹੀ ਛੱਡ ਦਿੰਦਾ। ਛੁੱਟੇ ਤਿਲ ਬੁਵਾੜ ਜਿਉਂ ਸੁਨੇ ਅੰਦਰ ਖੇਤ। ਅੰਦਰ ਦੇ ਰਾਰੇ ਨੂੰ ਸਿਹਾਰੀ ਹੈ, ਖੇਤ ਦੇ ਅੰਦਰ ਉਹ ਸੁਨੇ ਇਕੱਲੇ ਖੜ੍ਹੇ ਰਹਿ ਜਾਂਦੇ। ਹੁਣ ਗੱਲ ਸਮਝਾਉਣ ਦੀ ਹੈ, ਖੇਤੈ ਅੰਦਰ ਛੁੱਟਿਆ। ਹੁਣ ਜਿਹੜੇ ਖੇਤੈ, ਇਹ ਖੇਤੈ ਪੜ੍ਹਨਾ ਤੱਤੇ ਨੂੰ ਦੋ ਲਾਵਾਂ ਨੇ, ਖੇਤ ਵਿੱਚ ਜਿਹੜੇ ਛੱਡ ਦਿੱਤੇ ਗਏ ਨੇ। ਕਹੋ ਨਾਨਕ ਸੌ ਨਾ, ਉਹਨਾਂ ਦੇ ਸੌ ਖਸਮ ਬਣਦੇ, ਭਾਵ ਉਹਨਾਂ ਨੂੰ ਜਿਸ ਦਾ ਮਰਜ਼ੀ ਜੀ ਕਰਦਾ ਉਹੀ ਮਰੋੜ ਲੈਂਦਾ। ਕਿਉਂਕਿ ਜਿਹੜਾ ਵੀ ਖੇਤ ਦੀ ਵੱਟ ਤੋਂ ਲੰਘਦਾ ਉਹ ਦੇਖਦਾ ਕਿ ਤਿਲਾਂ ਦਾ ਬੂਟਾ ਖੜ੍ਹਾ, ਉਹਦਾ ਜੀ ਕਰਦਾ ਕਿ ਮੈਂ ਇਹਨੂੰ ਮਰੋੜ ਕੇ ਤਿਲਾਂ ਦਾ ਫੱਕਾ ਕੱਢ ਲਵਾਂ। ਪਰ ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸੁਆ। ਹੁਣ ਉਹ ਬੂਟੇ ਫਲੇ ਵੀ ਹਨ, ਭਾਵ ਉਹਨਾਂ ਨੂੰ ਫੁੱਲ ਵੀ ਆਏ ਅਤੇ ਫਲ ਵੀ ਲੱਗੇ, ਪਰ ਉਹਨਾਂ ਵਿੱਚ ਤਿਲ ਨਹੀਂ ਪੈਦਾ ਹੋਏ। ਇਸੇ ਤਰ੍ਹਾਂ ਉਹ ਮਨੁੱਖ ਜਨਮ ਵੀ ਲੈਂਦੇ ਹਨ, ਵੱਡੇ ਵੀ ਹੁੰਦੇ ਹਨ, ਖਾਂਦੇ ਪੀਂਦੇ ਵੀ ਨੇ, ਪਰ ਉਹਨਾਂ ਵਿੱਚ ਸ਼ੁਭ ਗੁਣਾਂ ਦਾ ਕੋਈ ਪੱਖ ਨਹੀਂ ਹੁੰਦਾ। ਤੋ ਇਸ ਲਈ ਕਿਹਾ ਜਾਂਦਾ ਕਿ ਉਹਨਾਂ ਦੇ ਵਿੱਚ ਕੀ ਹੈ, ਸਵਾਹ। ਬੜੇ ਧਿਆਨ ਨਾਲ ਗੁਰਬਾਣੀ ਨੂੰ, ਕਿਉਂਕਿ ਸਾਡਾ ਗੁਰੂ ਹੈ, ਗੁਰੂ ਤੋਂ ਗਿਆਨ ਮਿਲਦਾ, ਇਹ ਗੱਲ ਸੁਣ ਕੇ ਪੜ੍ਹ ਕੇ ਛੱਡ ਨਹੀਂ ਦੇਣੀ, ਬਲਕਿ ਜਿਹੜੇ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ। ਪੌੜੀ ਆਪ ਹੀ ਨਾ ਆਪ ਸਾਜਿਓ, ਕਹਿੰਦੇ ਨੇ ਵਾਹਿਗੁਰੂ ਨੇ ਆਪ ਹੀ ਨਾ ਆਪ ਸਾਜਿਓ, ਆਪ ਹੀ ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਿਆ, ਭਾਵ ਨਿਰਗੁਣ ਤੋਂ ਸਰਗੁਣ ਬਣ ਗਿਆ। ਆਪ ਹੀ ਨਾ ਰਚਿਓ ਨਾਉ, ਇਹ ਉਹਦਾ ਨਾਮਣਾ ਹੈ, ਇਹ ਉਹਦੀ ਵਡਿਆਈ ਹੈ ਕਿ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਆਪ ਹੀ ਪੈਦਾ ਹੋਏ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਇਹ ਦੂਈ ਦੂਜੀ ਆਪਣੇ ਤੋਂ ਬਾਅਦ ਉਸਨੇ ਫਿਰ ਕੁਦਰਤ ਦੀ ਰਚਨਾ ਕੀਤੀ ਹੈ, ਔਰ ਇਹ ਜਿਤਨਾ ਸੰਸਾਰ ਹੈ ਇਹ ਸਭ ਉਹਦੀ ਕੁਦਰਤ ਹੈ, ਅਤੇ ਉਹ ਕਰਨ ਵਾਲਾ ਕਾਦਰ ਹੈ। ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਫਿਰ ਕਮਾਲ ਦੀ ਗੱਲ ਹੈ ਕਿ ਉਹ ਕੁਦਰਤ ਨੂੰ ਬਣਾ ਕੇ ਆਪ ਹੀ ਇਹਦੇ ਵਿੱਚ ਵੀ ਬੜੇ ਚਾਅ ਨਾਲ ਬੈਠ ਗਿਆ। ਦਾਤਾ ਕਰਤਾ ਆਪ ਤੂੰ, ਤੁਸ ਦੇਵੈਂ ਕਰੇ ਪਸਾਓ,
हे वाहिगुरु, तू आप ही दाता है, आप ही संसार नूं करन वाला है, आप ही तू टुट के इना दा पसाओ रहमत कर दे, इना नूं प्रसाद बख्शिश कर दे, इना नूं लोड़ दियां चीज़ां देने। तू जानो ही सब से दे ले से जिंद गवाओ, तू सब दा जानू है, तू सब दा पेती है, तू आप ही जिंद देंदा है ते आप ही ले लेंदा। कर आसन डिठो चाओ, आप ही तू इना सारे जीवां दे अंदर आसन ला के बड़े चा नाल इना नू देख रहा है। वाहिगुरु जी का खालसा, वाहिगुरु जी की फतेह।